ਲੁਧਿਆਣਾ ਦੇ ਡੁਗਰੀ ਇਲਾਕੇ ਚ ਨਾਮਧਾਰੀ ਸੰਪਰਦਾਇ ਵੱਲੋਂ ਸੜਕਾਂ ਦੀ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਸਮੂਹ ਨਾਮਧਾਰੀ ਸੰਗਤ ਵੱਲੋਂ ਸੜਕਾਂ ਕਿਨਾਰੇ ਕੂੜਿਆਂ ਦੇ ਢੇਰ ਅਤੇ ਸੜਕ ਤੇ ਉੱਗੀ ਘਾਹ ਪੇੜਾਂ ਦੀ ਸਾਫ਼ ਸਫਾਈ ਕੀਤੀ ਗਈ। ਇਸ ਮੌਕੇ ਸਤਿਗੁਰੂ ਉਦੇ ਸਿੰਘ ਨੇ ਦੱਸਿਆ ਕਿ ਬੁੱਢੇ ਨਾਲੇ 'ਚ ਅਜੇ ਵੀ ਡੇਰੀਆਂ ਦਾ ਗੋਬਰ ਅਤੇ ਡਾਇੰਗਾਂ ਦਾ ਕੈਮੀਕਲ ਵਾਲਾ ਪਾਣੀ ਗਿਰ ਰਿਹਾ ਹੈ, ਜਿਸ ਦੇ ਚਲਦਿਆਂ ਉਹਨਾਂ ਵੱਲੋਂ ਕੀਤੀ ਜਾ ਰਹੀ ਸਫਾਈ ਬੇਮਾਨੀ ਹੋ ਗਈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਰਥਨ ਨਾ ਮਿਲਣ ਤੇ ਅਤੇ ਫੰਡਸ ਦੀ ਕਮੀ ਦੇ ਚਲਦਿਆਂ ਨਾਮਧਾਰੀ ਸੰਪਰਦਾਇ ਨੂੰ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਵਿੱਚੇ ਹੀ ਬੰਦ ਕਰਨਾ ਪਿਆ। ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਆਪਣੇ ਆਸ ਪਾਸ ਸਾਫ਼ ਸੁਥਰਾ ਰੱਖਣ ਦੀ ਅਪੀਲ ਕੀਤੀ। ਸਾਰੇ ਰਲ ਮਿਲ ਕੇ ਲੱਗੇ ਹਾਂ ਜੀ, ਕਾਰਪੋਰੇਸ਼ਨ ਵਾਲੇ ਵੀ ਨਾਲ ਲੱਗੇ ਨੇ, ਸਾਰੀ ਸੰਗਤ ਵੀ ਲੱਗੀ ਹੈ ਅਤੇ ਸਾਰੇ ਸਾਥ ਦੇਣ ਡੇ ਨੇ। ਸਾਡਾ ਦਿਲ ਕਰਦਾ ਕਿ ਸਾਡੇ ਵੀ ਸ਼ਹਿਰ ਸਾਫ਼ ਹੋਣ, ਅਸੀਂ ਬਾਹਰ ਦੇਖ ਕੇ ਆਉਂਦੇ ਹਾਂ, ਸਾਡੇ ਮਨ 'ਚ ਵੀ ਚਾਅ ਹੁੰਦਾ ਸਾਡੇ ਸ਼ਹਿਰ ਵੀ ਸਾਫ਼ ਹੋਣ, ਸਾਡੇ ਸ਼ਹਿਰਾਂ 'ਚ ਕੂੜਾ ਨਾ ਪਿਆ ਹੋਵੇ, ਸ਼ਹਿਰ ਸੋਹਣੇ ਲੱਗਣ। ਇਸ ਕਰਕੇ ਉੱਦਮ ਕਰਨ ਡੇ ਹਾਂ, ਪਰ ਹੌਲੀ ਹੌਲੀ ਲੌਂਗ ਟਰਮ ਇਹ ਆ ਕਿ ਸਾਨੂੰ ਲੋਕਾਂ ਨੂੰ ਅਵੇਅਰ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਇਸ ਤਰ੍ਹਾਂ ਕੂੜਾ ਸੁੱਟੀਏ ਨਾ। ਔਰ ਅਸੀਂ ਵੀ ਹੁਣੇ ਕਾਰਪੋਰੇਸ਼ਨ ਵਾਲਿਆਂ ਨਾਲ ਵੀ ਗੱਲ ਕਰਨ ਡੇ ਸੀ, ਸੇਖੋ ਸਾਹਿਬ ਨਾਲ ਵੀ, ਕਿ ਆਪਾਂ ਵੀ ਇਹ ਸਿਸਟਮ ਬਣਾਈਏ ਕਿ ਕੂੜਾ ਸਾਡਾ ਸੈਗਰੀਗੇਟ ਹੋਵੇ, ਕੂੜਾ ਸਾਡਾ ਚੰਗੀ ਤਰ੍ਹਾਂ ਸਾਂਭਿਆ ਜਾਵੇ ਤਾਂ ਕਿ ਸਾਡੇ ਸ਼ਹਿਰ ਸਾਫ਼ ਸੁਥਰੇ ਹੋਣ। ਮਿਹਨਤ ਕਰਨ ਡੇ ਹਾਂ, ਬਾਕੀ ਸਫਲਤਾ ਗੁਰੂ ਨੇ ਦੇਣੀ ਹੈ, ਉਹਦੀ ਕਿਰਪਾ ਨਾਲ ਕਰਨ ਡੇ ਹਾਂ ਜੀ। ਕੰਮ ਕਰਦੇ ਹਾਂ ਜੀ, ਕੱਲ੍ਹ ਫਿਰ ਮੀਟਿੰਗ ਕਰਦੇ ਹਾਂ ਉਹਨਾਂ ਨਾਲ, ਜਦੋਂ ਜਿਸ ਤਰ੍ਹਾਂ ਅਸੀਂ ਚਾਹੁੰਦੇ ਸੀ। ਇੱਕ ਤਾਂ ਇਹ ਦੇਖੋ ਕੁਛ ਤਾਂ ਕੰਮ ਹੈ ਜੀ ਕਿ ਉਹ ਬੜਾ ਵੱਡਾ ਬਜਟ ਦਾ ਕੰਮ ਹੈ, ਅਸੀਂ ਫਿਰ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਕਿਉਂਕਿ ਬਜਟ ਤੋਂ ਬਿਨਾਂ ਉਹ ਕੰਮ ਹੋਣਾ ਨਹੀਂ। ਦੂਜਾ ਇਹ ਕਿ ਜਿੰਨਾ ਕੁ ਹੋ ਵੀ ਸਕਦਾ ਸੀ, ਟਾਸਕ ਫੋਰਸ ਨੇ ਉਨਾ ਉਤਸ਼ਾਹ ਨਹੀਂ ਦਿਖਾਇਆ, ਅਸੀਂ ਤਾਂ ਆਪਣੇ ਵੱਲੋਂ ਕੀਤਾ ਸੀ। ਹੁਣ ਵੀ ਦੇਖੋ ਜਿਹੜੀਆਂ ਅਨਅਥੋਰਾਈਜ਼ ਡੇਅਰੀਆਂ ਨੇ ਉਹਨਾਂ ਦਾ ਗੋਹਾ ਉਸ ਤਰ੍ਹਾਂ ਹੀ ਵਿੱਚ ਪਈ ਜਾਂਦਾ, ਅਤੇ ਹੁਣ ਫਿਰ ਉਹਨਾਂ ਕੋਲ ਇੱਕ ਵਾਰੀ ਬੇਨਤੀ ਕਰਦੇ ਹਾਂ ਜੀ, ਕੋਸ਼ਿਸ਼ ਜ਼ਰੂਰ ਕਰਾਂਗੇ। ਬਾਕੀ ਦੇਖੋ ਹੌਲੀ ਹੌਲੀ ਟਾਈਮ ਲੱਗਦਾ, ਡਾਇੰਗ ਇੰਡਸਟਰੀ ਦਾ ਤਾਂ ਉਹ ਆਪਣਾ ਲਾ ਰਹੇ ਨੇ ਜੀ, ਐਸ ਟੀ ਪੀ ਆਪਣਾ ਬਣਾ ਰਹੇ ਨੇ, ਬਣ ਰਿਹਾ ਉਹਨਾਂ ਦਾ ਜੀ। ਕਾਰਪੋਰੇਸ਼ਨ ਤਾਂ ਸਾਥ ਦਿੰਦੀ ਹੈ ਜੀ, ਕਾਰਪੋਰੇਸ਼ਨ ਕੋਲ ਨਾ ਦੇਖੋ ਕਾਰਪੋਰੇਸ਼ਨ ਕੋਲ ਬਜਟ ਬੜਾ ਲਿਮਿਟਡ ਹੈ, ਪੈਸੇ ਬੜੇ ਲਿਮਿਟਡ ਨੇ, ਕਾਰਪੋਰੇਸ਼ਨ ਤਾਂ ਸਾਥ ਦਿੰਦੀ ਹੈ, ਤਾਂ ਬਾਕੀ ਉੱਪਰੋਂ ਸਾਥ ਦੇਣ ਦੀ ਲੋੜ ਹੈ। ਉੱਥੇ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਸੇਖੋ ਨੇ ਕਿਹਾ ਕਿ ਇਹ ਸਿਰਫ ਇੱਕ ਕੋਸ਼ਿਸ਼ ਹੈ ਅਤੇ ਤਦ ਹੀ ਸਫਲ ਹੋਵੇਗੀ ਜਦ ਹਰ ਸ਼ਹਿਰ ਵਾਸੀ ਸਫਾਈ ਦਾ ਧਿਆਨ ਰੱਖੇਗਾ। ਦੇਖੋ ਜੀ, ਜਿੱਥੇ ਤੱਕ ਸਫਾਈ ਮੁਹਿੰਮ ਦਾ ਸਵਾਲ ਆ, ਤਾਂ ਇਹ ਵੱਡੀ ਉਪਲਬਧੀ ਨਹੀਂ ਕਹਿ ਸਕਦੇ, ਇਹ ਹਲੇ ਕੋਸ਼ਿਸ਼ ਆ। ਉਪਲਬਧੀ ਉਦਣ ਹੋਊਗੀ ਜਿੱਦਣ ਸਾਡੇ ਲੁਧਿਆਣਾ ਵਾਸੀ ਆਪ ਜਾਗਰੂਕ ਹੋਣਗੇ ਵੀ ਅਸੀਂ ਆਪਣੇ ਘਰਾਂ ਦਾ ਕੂੜਾ 2 ਡਸਟਬਿਨ ਯੂਜ ਕਰਨੇ ਆ, ਔਰ ਪਲਾਸਟਿਕ ਨੂੰ ਨੋ ਕਹਿਣਾ ਸਿੱਖੀਏ। ਜਦ ਤੱਕ ਅਸੀਂ ਸੇ ਨੋ ਟੂ ਪਲਾਸਟਿਕ ਵਾਲੇ ਸਲੋਗਨ 'ਤੇ ਨਹੀਂ ਆਵਾਂਗੇ ਵੀ ਅਸੀਂ ਪਲਾਸਟਿਕ ਵਰਤਣਾ ਬੰਦ ਨਹੀਂ ਕਰਾਂਗੇ, ਉਦੋਂ ਤੱਕ ਤੁਸੀਂ ਆਪਣੇ ਛੇਤੀ ਕਿਤੇ ਸ਼ਹਿਰਾਂ ਨੂੰ ਸਾਫ਼ ਨਹੀਂ ਕਰ ਸਕਦੇ। ਮਾਣਯੋਗ ਸਤਿਗੁਰੂ ਸ਼੍ਰੀ ਉਦੇ ਸਿੰਘ ਜੀ ਉਹਨਾਂ ਨੇ ਆਪਣੇ ਸੰਸਥਾ ਦੇ ਨਾਲ ਇਹ ਜਿਹੜੀ ਸਫਾਈ ਮੁਹਿੰਮ ਸ਼ੁਰੂ ਕੀਤੀ ਆ, ਸਾਨੂੰ ਵੀ ਹੌਸਲਾ ਮਿਲਿਆ ਕਿ ਸਾਡੇ ਨਾਲ ਕੋਈ ਐਨ ਜੀ ਓ, ਕੋਈ ਧਾਰਮਿਕ ਸੰਸਥਾ ਜੁੜ ਕੇ ਸ਼ਹਿਰ ਦੀ ਸਫਾਈ ਲਈ ਅੱਗੇ ਆਈ ਆ। ਕਿਉਂਕਿ ਅਦਰਵਾਈਜ਼ ਆਮ ਲੋਕਾਂ 'ਚ ਭਾਵਨਾ ਇਹੀ ਆ, ਕਾਰਪੋਰੇਸ਼ਨ ਜਿੰਨਾ ਮਰਜ਼ੀ ਕੰਮ ਕਰ ਲਵੇ, ਲੋਕਾਂ ਦਾ ਭਾਵਨਾ ਇਹੀ ਹੁੰਦੀ ਆ ਵੀ ਕਾਰਪੋਰੇਸ਼ਨ ਕੁਛ ਨਹੀਂ ਕਰਦੀ, ਭਾਵੇਂ ਕਿ ਗੰਦ ਸਾਡੇ ਜਿਹੜਾ ਹੁੰਦਾ ਇਹ ਘਰਾਂ ਦਾ ਹੀ ਆਉਂਦਾ, ਸਾਡੇ ਸ਼ਹਿਰ ਵਾਸੀਆਂ ਵੱਲੋਂ ਹੀ ਸਿੱਟਿਆ ਜਾਂਦਾ ਵਾ। ਇਹ ਸੰਸਥਾ ਸਾਡੇ ਨਾਲ, ਧਾਰਮਿਕ ਸੰਸਥਾ ਸਾਡੇ ਨਾਲ ਜੁੜੀ ਆ, ਅਸੀਂ ਬਾਕੀ ਧਾਰਮਿਕ ਸੰਸਥਾਵਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਵੀ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਲੁਧਿਆਣੇ ਨੂੰ ਸੁੰਦਰ ਅਤੇ ਸਾਫ਼ ਬਣਾਉਣ ਦੇ ਵਿੱਚ ਨਗਰ ਨਿਗਮ ਦਾ ਸਹਿਯੋਗ ਕਰਨ, ਅਤੇ ਸਭ ਤੋਂ ਜ਼ਿਆਦਾ ਸਹਿਯੋਗ ਦੀ ਲੋੜ ਸਾਨੂੰ ਸ਼ਹਿਰ ਵਾਸੀਆਂ ਦੇ ਆਪਦੀ ਆ। ਆਈ ਐਮ ਦਾ ਚੇਂਜ, ਜਦ ਤੱਕ ਮੈਂ ਨਹੀਂ ਬਦਲੂੰਗਾ ਤਾਂ ਸ਼ਹਿਰ ਨਹੀਂ ਬਦਲੂੰਗਾ।
ਸਾਡੀ ਬੇਨਤੀ ਆ ਕਿ ਆਪਣੇ ਆਪ ਨੂੰ ਬਦਲੋ, ਆਪਣੇ ਘਰਾਂ ਦਾ ਕੂੜਾ ਸੈਗਰੀਗੇਟ ਕਰੋ, ਆਪਣੇ ਘਰਾਂ ਦਾ ਕੂੜਾ ਚੱਕਣ ਵਾਲੇ ਨੂੰ ਦਿਓ, ਖਾਲੀ ਪਲਾਟਾਂ 'ਚ ਕੂੜਾ ਸਿੱਟਣਾ ਬੰਦ ਕਰੋ ਅਤੇ ਪਲਾਸਟਿਕ ਜਿਹਾ ਯੂਜ਼ ਬਿਲਕੁਲ ਬੰਦ ਕਰੋ। ਬਹੁਤ ਹੀ ਸਵਾਗਤ ਕਰਦੇ ਹਾਂ ਅਸੀਂ ਇਹਨਾਂ ਸਾਡੀ ਸੋਸਾਇਟੀ ਜਰਨੈਲ ਹਰੀ ਸਿੰਘ ਨਲੂਆ ਵੈਲਫੇਅਰ ਸੋਸਾਇਟੀ ਕਰੀਓ, ਅਸੀਂ ਸਵਾਗਤ ਕਰਦੇ ਹਾਂ ਨਾਮਧਾਰੀ ਸੰਸਦ ਦਾ, ਜਿਹੜਾ ਇਹਨਾਂ ਨੇ ਸਤਿਗੁਰੂ ਜੀ ਨੇ ਆਪ ਆ ਕੇ ਇੱਥੇ ਸਫਾਈ ਮੁਹਿੰਮ ਚਲਾਈ ਆ। ਹੋਰ ਵੀ ਸੰਸਥਾ ਨੂੰ ਮੈਂ ਬੇਨਤੀ ਕਰਦਾ ਵੀ ਇਸ ਮੁਹਿੰਮ ਦਾ ਹਿੱਸਾ ਬਣੋ ਅਤੇ ਵੱਧ ਤੋਂ ਵੱਧ ਆਪਾਂ ਆਪਣੇ ਸ਼ਹਿਰ ਦੀ ਅਤੇ ਆਪਣੇ ਘਰਾਂ ਦੇ ਆਸ ਪਾਸ ਦੀ ਸਫਾਈ ਧਿਆਨ ਦੇ ਸਕੀਏ। ਬਿਊਰੋ ਰਿਪੋਰਟ, ਲੁਧਿਆਣਾ ਵਿਊ।